ਸਤਿ ਸ਼੍ਰੀ ਅਕਾਲ ਜੀ, ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਪ੍ਰਾਈਸ 5500 ਰਹੇਗਾ, ਠੀਕ ਹੈ ਜੀ। ਬੁਕਿੰਗ ਲਈ ਨੰਬਰ ਹੈਗਾ 8283 8283 81 ਨੰਬਰ ਹੈ, ਇਸ 'ਤੇ ਤੁਸੀਂ ਮੈਨੂੰ ਸਕਰੀਨਸ਼ੋਟ ਲੈ ਕੇ ਸੈਂਡ ਕਰ ਸਕਦੇ ਹੋ। ਇਹ ਹੈਗਾ ਜੀ ਔਰਗੇਂਜ਼ਾ ਦਾ ਵੇਸ, ਠੀਕ ਹੈ। ਕਲਰ ਜਿਹੜਾ ਮੈਂ ਪਾਇਆ ਹੋਇਆ ਸਿਮਲਰ ਜਿਹਾ ਹੀ ਆ, ਇਹ ਥੋੜ੍ਹਾ ਜਿਹਾ ਇਸ ਤੋਂ ਡਾਰਕ ਆ, ਸਕਿਨੀ ਜਿਹੀ ਟੋਨ 'ਤੇ ਆ ਜਾਂਦਾ। ਕਲਰ ਬਹੁਤ ਸੋਹਣੇ ਆ, ਕਰੇਪ ਦੀਆਂ ਸਲਵਾਰਾਂ ਨੇ 3-3 ਮੀਟਰ ਦੀਆਂ, ਅਤੇ ਡਿਜ਼ਾਇਨਿੰਗ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ। ਇਹ ਅਸੀਂ ਕਰਾਇਆ ਤਿਆਰ ਕੱਟ ਦਾਣੇ 'ਤੇ, ਕਿਉਂਕਿ ਗਲਾ ਕਾਫੀ ਸਾਰੇ ਫੋਨ ਆ ਰਹੇ ਸੀ ਕਿ ਸੂਟ ਇੱਦਾਂ ਦਾ ਹੀ ਪਾਉਣਾ, ਪਰ ਗਲਾ ਨਾ ਬਣਿਆ ਹੋਇਆ ਹੋਵੇ, ਘੇਰਾ ਹੋਵੇ। ਦੇਖੋ ਸਾਰੇ ਫਰੰਟ 'ਤੇ ਅਸੀਂ ਵਰਕ ਕਰਵਾਇਆ, ਇਸ 'ਤੇ ਬਹੁਤ ਜ਼ਿਆਦਾ ਪਿਆਰਾ ਵਰਕ ਆ, ਪਰਲਸ ਦਾ ਕੰਮ ਆ ਅਤੇ ਕੱਟ ਦਾਣੇ ਦਾ ਕੰਮ ਹੈ, ਬਹੁਤ ਯੂਨੀਕ ਜੀ। ਮਤਲਬ ਤੁਸੀਂ ਕਿਸੇ ਪਾਰਟੀ 'ਚ ਵੀ ਪਾ ਸਕਦੇ ਹੋ, ਸੂਟ ਦੀ ਲੁੱਕ ਇੱਦਾਂ ਦੀ ਆ। ਅਤੇ ਬਾਕੀ ਇਹਦਾ ਫੈਬਰਿਕ ਬਹੁਤ ਜ਼ਿਆਦਾ ਬੈਸਟ ਆ, ਕਰੇਪ ਦੀ ਸਲਵਾਰ ਆ, ਔਰਗੇਂਜ਼ਾ ਦੀ ਸ਼ਰਟ ਹੈ ਜੀ। ਪ੍ਰਿੰਟ ਤੁਸੀਂ ਦੇਖ ਲਓ, ਜਿਹੜਾ ਸੂਟ ਮੈਂ ਪਾਇਆ ਵਾ ਸੇਮ ਇਸੇ ਪ੍ਰਿੰਟ ਦਾ ਸੂਟ ਆ। ਅਤੇ ਨਾਲ ਦੇ ਰਹੀ ਹਾਂ ਤੁਹਾਨੂੰ ਵਰਕ ਵਾਲੇ ਔਰਗੇਂਜ਼ਾ ਦੇ ਦੁਪੱਟੇ। ਦੇਖੋ ਦੁਪੱਟਾ ਲੰਮਾ ਚੌੜਾ ਰਹੂਗਾ ਅਤੇ ਸਾਰੇ ਦੁਪੱਟੇ ਦੇ ਵਿੱਚ ਵਰਕ ਰਹੂਗਾ ਜੀ, ਠੀਕ ਹੈ ਜੀ। ਇਹ ਹੈਗਾ ਅੱਜ ਦਾ ਫਸਟ ਸੂਟ, 5500 ਪ੍ਰਾਈਸ ਅੱਜ ਦੀ ਸਾਰੀ ਹੀ ਵੀਡੀਓ ਦਾ। ਕਲਰ ਆਪਸ਼ਨ ਤੁਹਾਨੂੰ ਦਿਖਾ ਦਿੰਦੀ ਹਾਂ, ਇਹਦੇ ਵਿੱਚ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਸੂਟ ਦਿਖਾਵਾਂਗੀ, ਇੱਕ ਤਾਂ ਔਰਗੇਂਜ਼ਾ 'ਤੇ ਹੋਣਗੇ ਅਤੇ 2-3 ਸੂਟ ਅਸੀਂ ਕਰੇਪ 'ਤੇ ਰੈਡੀ ਕਰਵਾਏ ਹਾਂ, ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਫੈਬਰਿਕ। ਦੇਖੋ ਸੇਮ ਡਿਜ਼ਾਇਨ ਆ ਜੀ, ਸਾਰੇ ਹੀ ਪ੍ਰਿੰਟ ਸੇਮ ਰਹਿਣਗੇ ਅਤੇ ਜਸਟ ਕਲਰ ਆਪਸ਼ਨ ਚੇਂਜ ਹੋ ਜਾਏਗਾ। ਬਹੁਤ ਪਿਆਰੇ ਪਿਆਰੇ ਕਲਰ ਨੇ, ਕਲਰ ਵੀ ਦੇਖ ਕੇ ਨਾ ਮਤਲਬ ਪ੍ਰਿੰਟੇ ਬਹੁਤ ਜ਼ਿਆਦਾ ਖਿੜ ਰਿਹਾ ਇਹਨਾਂ ਸੂਟਾਂ ਦੇ ਉੱਪਰ। ਨੈਕਸਟ ਹੈਗਾ ਜੀ ਇਹ ਪਿਸਤਾ ਜਿਹਾ ਸ਼ੇਡ ਆ, ਬਹੁਤ ਪਿਆਰਾ ਕਲਰ ਆ। ਇਹਨਾਂ ਨਾਲ ਕਰੇਪ ਦੀਆਂ 3 ਮੀਟਰ ਦੀਆਂ ਸਲਵਾਰਾਂ ਨੇ ਅਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਉੱਭਰ ਉੱਭਰ ਕੇ ਆ ਰਹੇ ਆ, ਕਿਸੇ ਵੀ ਕਲਰ 'ਤੇ ਪ੍ਰਿੰਟ ਹੋਊਗਾ। ਨੈਕਸਟ ਹੈਗਾ ਬਹੁਤ ਪਿਆਰਾ ਪਰਪਲ ਜਿਹਾ ਕਲਰ ਆ ਜੀ ਇਹ, ਠੀਕ ਹੈ। ਅਤੇ ਸਭ ਦੇ ਫੇਵਰੇਟ ਕਲਰ ਹੁੰਦਾ ਬਹੁਤ ਸਾਰਿਆਂ ਦਾ ਫਿਰੋਜ਼ੀ ਕਲਰ। ਇਹ ਫਿਰੋਜ਼ੀ ਕਲਰ ਦਾ ਕਲਰ ਨਹੀਂ ਚਾਹੇਗਾ, ਕਿਉਂਕਿ ਇਹਦੀ ਜਿਹੜੀ ਸਲਵਾਰ ਆ ਇਹ ਅਸੀਂ ਡਾਈ ਨਹੀਂ ਕਰਵਾਈ, ਇਹ ਮਿਲ ਡਾਈ ਆ। ਮਿਲ ਡਾਈ ਦਾ ਕਲਰ ਘੱਟ ਹੀ ਜਾਂਦਾ ਹੁੰਦਾ, ਜਿਹੜੀ ਆਪਾਂ ਡਾਈ ਆਪਾਂ ਬੇਸ਼ੱਕ ਪਿਓਰ ਕਰਵਾ ਲਈਏ ਫਿਰ ਵੀ ਉਹਦਾ ਕਲਰ ਕਿਤੇ ਨਾ ਕਿਤੇ ਚਲੇ ਜਾਂਦਾ ਜੇ। ਡਿਜ਼ਾਇਨਿੰਗ ਦੇਖੋ ਕਿੰਨੀ ਪਿਆਰੀ ਆ, ਇਹਦਾ ਹਲਕਾ ਜਿਹਾ ਡਿਜ਼ਾਇਨ ਦਾ ਫਰਕ ਆ ਗਿਆ ਜਿਹੜਾ ਫਿਰੋਜ਼ੀ ਸੂਟ ਆ। ਸ਼ਰਟ ਹੈਗੀ ਔਰਗੇਂਜ਼ਾ 'ਤੇ ਹੀ ਆ। ਦੇਖੋ ਇਹ ਜਿਹੜੀ ਬੀਟੀ ਮਤਲਬ ਕਿ ਇਹ ਵਿੱਚ ਵਾਲਾ ਵਰਕ ਹੈ ਫੁੱਲ, ਇਹ ਵੀ ਵੱਡਾ ਹੋ ਗਿਆ ਅਤੇ ਜਿਹੜੇ ਇਹਦੇ ਘੇਰੇ ਦਾ ਡਿਜ਼ਾਇਨ ਹੈ ਉਹ ਵੀ ਥੋੜ੍ਹਾ ਜਿਹਾ ਚੇਂਜ ਹੋ ਗਿਆ।
ਮਟੀਰੀਅਲ ਸੇਮ ਹੀ ਰਹੂਗਾ, ਕੱਟ ਵਰਕ ਦਾ ਅਤੇ ਪਰਲਸ ਦਾ ਅਤੇ ਸਿੱਪੀ ਦਾ ਜੇ। ਦੁਪੱਟੇ ਦਾ ਸੇਮ ਡਿਜ਼ਾਈਨ ਰਹੂਗਾ, ਉੱਦਾਂ ਹੀ ਔਰਗੈਂਜ਼ਾ ਦੇ ਦੁਪੱਟੇ ਆ। ਅਤੇ ਕਲਰ ਤਾਂ ਇੱਕ ਤੋਂ ਇੱਕ ਨੇ ਜੀ, ਜਿਹੜਾ ਵੀ ਕਲਰ ਤੁਸੀਂ ਲੈਣਾ। 5500 ਦਾ ਸੂਟ ਆ, ਮਤਲਬ ਤੁਸੀਂ ਕੁਛ ਪਾਇਆ ਹੋਇਆ ਹੋਏਗਾ ਤਾਂ ਅਲੱਗ ਹੋਏਗਾ, ਵਰਕ ਵੀ ਆ ਨਾਲ ਅਤੇ ਵਰਕ ਦੇ ਉੱਪਰ ਪ੍ਰਿੰਟ ਵੀ ਆ। ਕਲਰ ਤਾਂ ਇੱਕ ਤੋਂ ਇੱਕ ਨੇ, ਠੀਕ ਹੈ ਜੀ। ਇਹ ਸਟੋਕ ਮੈਂ ਦੁਬਾਰਾ ਬਣਨਾ ਭੇਜਤਾ, ਮੈਨੂੰ ਪਤਾ ਇਹਨਾਂ ਦੀ ਡਿਮਾਂਡ ਬਹੁਤ ਸਾਰੀ ਆਉਣ ਵਾਲੀ ਆ, ਕਿਉਂਕਿ ਜਿਹੜਾ ਸੂਟ ਮੈਂ ਪਾਇਆ ਹੋਇਆ ਇਹ ਮੈਂ ਸਿਰਫ ਸੋਲੋ ਕਲਰ ਦੇ ਵਿੱਚ 45 ਤੋਂ 46 ਸੂਟ ਸੀਗੇ ਜਿਹੜੇ ਮੈਂ ਸੇਲ ਕੀਤੇ ਆ। ਇਹ ਹੈਗਾ ਜੀ ਮੈਰੂਨ ਕਲਰ ਦਾ ਸੂਟ, ਡਿਜ਼ਾਈਨਿੰਗ ਮਤਲਬ ਕਿ ਜਿਹੜਾ ਪ੍ਰਿੰਟ ਹੈ ਨਾ ਉਹ ਹਰ ਇੱਕ ਕਲਰ ਦੇ ਉੱਪਰ ਉੱਭਰ ਰਿਹਾ। ਇਹ ਨਹੀਂ ਹੈਗਾ ਕਿ ਲਾਈਟ ਦੇ ਉੱਪਰ ਹੋਏਗਾ ਜਾਂ ਫਿਰ ਪ੍ਰਿੰਟ ਦੀ, ਹਰ ਇੱਕ ਦੀ ਆਪਣੀ ਆਪਣੀ ਗ੍ਰੇਸ ਹੋਏਗੀ, ਪਰ ਇਹ ਸਾਰਾ ਹੀ ਪ੍ਰਿੰਟ ਇੰਨਾ ਕੁ ਪਿਆਰਾ, ਹਰੇਕ ਕਲਰ ਦੇ ਉੱਪਰ ਉੱਭਰ ਰਿਹਾ, ਠੀਕ ਹੈ ਜੀ। ਇਹ ਤਾਂ ਸਾਰੇ ਹੈਗੇ ਨੇ ਜੀ ਔਰਗੈਂਜ਼ਾ ਦੇ ਪੀਸ ਜਿਹੜੇ ਮੈਂ ਤੁਹਾਨੂੰ ਹੁਣ ਤੱਕ ਦਿਖਾਏ ਆ। ਇਹ ਦੋ ਪੀਸ ਮੈਂ ਕਰੇਪ ਦੇ ਉੱਪਰ ਰੈਡੀ ਕਰਵਾਏ ਆ, ਜਸਟ ਇੱਕ ਸਿਰਫ ਇਹਨਾਂ ਦਾ ਰਿਸਪੋਂਸ ਦੇਖਣ ਵਾਸਤੇ। ਅਤੇ ਪ੍ਰਿੰਟ ਇਹਨਾਂ ਦਾ ਵੀ ਬਹੁਤ ਪਿਆਰਾ, ਇੱਕ ਤਾਂ ਤੁਹਾਨੂੰ ਸੇਮ ਹੀ ਪ੍ਰਿੰਟ ਮਿਲ ਜਾਏਗਾ ਅਤੇ ਇੱਕ ਮੈਂ ਨਵਾਂ ਪ੍ਰਿੰਟ ਚੂਜ਼ ਕੀਤਾ, ਇਸ 'ਤੇ ਵੀ ਲੁੱਕ ਬਹੁਤ ਸੋਹਣੀ ਆ, ਵਰਕ ਸੇਮ ਰਹੂਗਾ। ਇਹਦੀ ਕਰੇਪ ਦੀ ਸ਼ਰਟ ਹੈ ਜੀ ਅਤੇ ਕਰੇਪ ਦੀ ਉਹ ਸਲਵਾਰ ਆ, 3 ਮੀਟਰ ਦੀ ਸਲਵਾਰ ਆ, 2.5 ਮੀਟਰ ਦੀ ਸ਼ਰਟ ਆ। ਦੁਪੱਟਾ ਸੇਮ ਔਰਗੈਂਜ਼ਾ ਦਾ ਹੀ ਲਗਾਇਆ, ਉੱਦਾਂ ਹੀ ਵਰਕ ਰਹੂਗਾ ਜੀ ਸਾਰੇ ਦੁਪੱਟੇ ਦੇ ਵਿੱਚ, ਠੀਕ ਹੈ। ਅਤੇ ਇੱਕ ਕਲਰ ਇਹ ਬਹੁਤ ਸਕਾਈ ਜਿਹਾ ਬਹੁਤ ਸੋਹਣਾ, ਇਹ ਜਿਹੜਾ ਮੈਂ ਪਾਇਆ ਹੋਇਆ ਸੂਟ ਹੈ ਇਸੇ ਪ੍ਰਿੰਟ ਦੇ ਵਿੱਚ ਆ, ਸੇਮ ਹੀ ਪ੍ਰਿੰਟ ਦੇ ਵਿੱਚ ਆ, ਠੀਕ ਹੈ। ਇਹ ਹੈਗਾ ਜੀ ਇਹਦਾ ਦੁਪੱਟਾ ਔਰਗੈਂਜ਼ਾ ਦਾ। ਇਹ ਦੋ ਸੂਟ ਕਰੇਪ ਦੇ ਨੇ ਅਤੇ ਬਾਕੀ ਸਾਰੇ ਸੂਟ ਔਰਗੈਂਜ਼ਾ ਦੇ। 5500 ਪ੍ਰਾਈਸ ਆ। ਜਿਹੜਾ ਵੀ ਸੂਟ ਤੁਸੀਂ ਲੈਣਾ ਕੀਤੇ ਆ, ਇਹ ਇੱਕ ਦੋ ਤਾਂ ਸੂਟ ਇੱਦਾਂ ਦੇ ਆ ਜਿਹੜੇ ਮੇਰੇ ਕੋਲ ਕਲਰ ਉਹਨਾਂ ਦੇ ਵਿੱਚੋਂ ਬਚਦੇ ਨੇ, ਅਤੇ ਬਾਕੀ ਜਿਹੜੇ ਮੈਂ ਰਿਪੀਟ ਸਾਰੇ ਸੈੱਟ ਬਣਵਾਏ ਨੇ ਉਹ ਵਾਲੇ ਤੁਹਾਨੂੰ ਦਿਖਾ ਰਹੀ ਹਾਂ, ਠੀਕ ਹੈ ਜੀ। ਇਹ ਮੇਰੇ ਕੋਲ ਲਾਸਟ ਪੀਸ ਰਹਿ ਗਿਆ, ਸ਼ਿਮਰ ਦੇ ਉੱਪਰ ਸ਼ਰਟ ਹੈ ਜੀ, ਵਰਕ ਸਾਰੇ ਫਰੰਟ ਦੇ ਉੱਪਰ ਆ। ਬਹੁਤ ਸਾਰੀ ਡਿਮਾਂਡਡ 'ਤੇ ਰਹੇ ਸੀਗੇ ਇਹ ਵਾਲੇ ਸੂਟ ਮੇਰੇ, ਬਹੁਤ ਲਾਈਕ ਕੀਤੇ ਆ, ਕਿਉਂਕਿ ਇੱਕ ਤਾਂ ਇਹਨਾਂ ਦਾ ਫੈਬਰਿਕ ਬਹੁਤ ਸੋਹਣਾ ਅਤੇ ਦੂਜਾ ਇਹਨਾਂ ਦਾ ਵਰਕ ਪਿਆਰਾ। ਪ੍ਰਾਈਸ ਦੇ ਅਕੋਰਡਿੰਗ 4 ਸਾਈਡ ਵਰਕ ਹੈ ਜੀ, ਦੁਪੱਟਾ ਸਾਰਾ ਸ਼ਿਮਰ ਦਾ ਹੀ ਦੁਪੱਟਾ ਅਤੇ ਸ਼ਿਮਰ ਦੀ ਸ਼ਰਟ ਹੈ ਅਤੇ ਨਾਲ ਹੈਗੀ ਹੈ ਜੀ ਕਰੇਪ ਦੀ ਸਲਵਾਰ, ਠੀਕ ਹੈ। ਇਹ ਵਾਲਾ ਡਿਜ਼ਾਈਨ ਸੀਗਾ, ਇਹ ਜਿਹਦੇ ਵਿੱਚ ਲਾਸਟ ਪੀਸ ਆ, ਅਤੇ ਇਹ ਡਿਜ਼ਾਈਨ ਮੈਂ ਸਾਰਾ ਰੈਡੀ ਕਰਵਾਇਆ ਇਹ ਦੁਬਾਰਾ ਤੋਂ, ਕਿਉਂਕਿ ਇਹਦੀਆਂ ਮੇਰੇ ਕੋਲ ਬਹੁਤ ਸਾਰੀਆਂ ਫੋਟੋਆਂ ਆਉਂਦੀਆਂ ਸੀ, ਕਿਸੇ ਇੱਕੋ ਹੀ ਕਲਾਇੰਟ ਨੇ ਲੈ ਲਏ ਸੀਗੇ ਸੂਟ ਸਾਰੇ। ਵੈਸੇ ਤਾਂ 2-3 ਸੈੱਟ ਸੀਗੇ ਮੇਰੇ ਕੋਲ, 2 ਸੈੱਟ ਸੀਗੇ ਇਹਦੇ, ਇੱਕ ਕਲਾਇੰਟ ਨੇ ਸਾਰੇ ਸੈੱਟ ਲੈ ਲਿਆ ਅਤੇ ਕਿਸੇ ਨੇ 2 ਲੈ ਲਏ, ਕਿਸੇ ਨੇ 1 ਲੈ ਲਿਆ, ਇੱਦਾਂ ਦੇ ਸੀਗੇ। ਅਤੇ ਬਹੁਤ ਸੋਹਣਾ ਵਰਕ ਹੈ ਜੀ ਸੂਟ ਦੇ ਉੱਪਰ, ਅਤੇ ਕਰੇਪ ਦੀ ਸਲਵਾਰ ਆ ਇਹਨਾਂ ਦੇ ਨਾਲ ਸੀਗੇ। ਇਹ ਚਨੌਨ ਸ਼ਿਫੋਨ ਦੇ ਬਹੁਤ ਪਿਆਰੇ ਦੁਪੱਟੇ, ਮਤਲਬ ਡਿਫਰੈਂਟ ਲੁੱਕ ਦਾ ਸੂਟ ਸੀਗਾ, ਬਹੁਤ ਜ਼ਿਆਦਾ ਪਸੰਦ ਕੀਤਾ ਸਾਰਿਆਂ ਨੇ। ਇਹ ਰਿਪੀਟ ਸੈੱਟ ਰੈਡੀ ਆ ਸਾਰਾ, ਜਿਹੜੇ ਜਿਹੜੇ ਰਹਿ ਗਏ ਸੀਗੇ ਉਹ ਲੈ ਸਕਦੇ ਹਾਂ। ਇਹ ਹੈਗਾ ਜੀ ਇਹਦੇ ਵਿੱਚ ਗ੍ਰੇ ਜਿਹਾ ਕਲਰ, ਅਤੇ ਇੱਕ ਹੈਗਾ ਇਹਦੇ ਵਿੱਚ ਇਹ ਪਰਪਲ ਕਲਰ, ਠੀਕ ਹੈ ਜੀ। ਇਹ ਹੈਗੇ ਨੇ ਇਹਨਾਂ ਦੇ ਕਲਰ ਆਪਸ਼ਨ, ਬਹੁਤ ਪਿਆਰੇ ਕਲਰ ਨੇ। ਇਹਨਾਂ ਸਾਰੀ ਵੀਡੀਓ ਅੱਜ ਦੀ ਦਾ 5500 ਪ੍ਰਾਈਸ ਆ। ਅਤੇ ਇਹ ਡਿਜ਼ਾਈਨ ਵੀ ਸਭ ਨੇ ਬਹੁਤ ਪਸੰਦ ਕੀਤਾ ਸੀ, ਇਹ ਮੈਂ ਜਿਨ੍ਹਾਂ ਦੇ ਔਨ ਡਿਮਾਂਡ ਬਣਾਏ ਸੀਗੇ ਅਤੇ ਉਹਨਾਂ ਤੋਂ ਮੈਂ ਪਹਿਲਾਂ ਹੀ 3-3, 4-4 ਪੀਸ ਬਣਵਾ ਲਏ ਸੀਗੇ। ਇਹ ਉਹਨਾਂ ਦੇ ਵਾਸਤੇ ਆ ਜਿਹੜੇ ਹੁਣ ਰਹਿ ਗਏ ਨੇ ਜੀ ਸੂਟ ਲੈਣ ਤੋਂ,
ਜਿਨ੍ਹਾਂ ਦੇ ਬਣ ਗਏ ਨੇ, ਅਤੇ ਇੱਕ ਦੋ ਮੇਰੇ ਡਿਜ਼ਾਈਨ ਇੱਦਾਂ ਦੇ ਆ ਜਿਹੜੇ ਹਲੇ ਹੁਣ ਵੀ ਬਣ ਕੇ ਆਉਣੇ ਆ। ਇੱਕ ਡਬਲ ਸ਼ੇਡ ਵਾਲੇ ਨੇ, ਡਬਲ ਸ਼ੇਡ ਵਾਲੇ ਸੂਟ ਦਿਖਾਏ ਸੀਗੇ, ਉਹ ਵੀ ਕਿਸੇ ਨੇ ਲੈਣੇ, ਉਹ ਵੀ ਲੈ ਸਕਦੇ ਆ। ਉਹ ਮੇਰੇ ਪਰ ਹਲੇ ਥੋੜ੍ਹੇ ਬਣ ਕੇ ਆਉਣਗੇ ਜੀ, 3-4 ਦਿਨ ਲੱਗਣਗੇ ਉਹਨਾਂ ਨੂੰ। ਇਹਨਾਂ ਨਾਲ ਇਹ ਬਹੁਤ ਪਿਆਰਾ ਸ਼ਿਮਰ ਦਾ ਦੁਪੱਟਾ ਜੀ, ਦੇਖੋ ਦੁਪੱਟੇ ਦੀ ਲੁੱਕ, ਠੀਕ ਹੈ। ਇਹਦੇ ਵਿੱਚ ਕਲਰ ਦੋ ਮਿਲ ਜਾਣਗੇ ਤੁਹਾਨੂੰ। ਇਹ ਤੁਸੀਂ ਸੂਟ ਸਾਰੇ ਦੇਖੇ ਹੋਏ ਆ, ਡਿਜ਼ਾਇਨਿੰਗ ਇਹਨਾਂ ਦੀ ਬਹੁਤ ਪਿਆਰੀ ਆ। 5500 ਪ੍ਰਾਈਸ ਆ ਜੀ, ਜਿਹੜਾ ਵੀ ਸੂਟ ਲੈਣਾ ਲੈ ਸਕਦੇ ਹੋ। ਲੁੱਕ ਲਾਈਕ ਬਹੁਤ ਸੋਹਣੇ ਆ ਸਾਰੇ ਸੂਟ, ਅਤੇ ਫੁੱਲ ਪਾਰਟੀ ਵੀ ਆ। ਪ੍ਰਾਈਸ ਦੇ ਅਕੋਰਡਿੰਗ ਬਹੁਤ ਪਿਆਰੇ ਸੂਟ ਆ। ਅਗਰ ਆਪਾਂ ਵਰਕ ਕਰਵਾਉਂਦੇ ਹਾਂ, ਇਹੀ ਵਰਕ ਸੇਮ ਕਰਵਾਉਂਦੇ ਹਾਂ, ਤਾਂ ਜਿੰਨੇ ਦਾ ਸੂਟ ਆ ਇੰਨੇ ਦਾ ਤਾਂ ਵਰਕ ਪੈ ਜਾਏਗਾ। ਇਹ ਤਾਂ ਕਰਕੇ ਮੈਂ ਸੈੱਟ ਵਾਈਜ਼ ਬਣਵਾਉਂਦੀ ਹਾਂ ਇਹਨਾਂ ਨੂੰ, ਇੱਕ ਇੱਕ ਕਲਰ ਦੇ ਵਿੱਚ 4-4 ਪੀਸ ਬਣਵਾਉਂਦੀ ਹਾਂ। ਥੋੜ੍ਹਾ ਫਿਰ ਡਿਸਕਾਊਂਟ ਹੋ ਜਾਂਦਾ ਜੀ ਕਾਰੀਗਰੀ, ਕਿਉਂਕਿ ਟਰੇਸ ਸਾਡੇ ਕੋਲ ਬਣੀ ਵੀ ਹੁੰਦੀ ਹੈ ਇਹਨਾਂ ਸੂਟਾਂ ਦੇ। ਸ਼ਿਮਰ ਦੇ ਲਾਈਨ ਵਾਲੇ ਦੁਪੱਟੇ ਆ, ਸਾਰੇ ਦੁਪੱਟੇ 'ਚ ਵਰਕ ਹੈ ਜੀ। ਲੁੱਕ ਬਹੁਤ ਪਿਆਰੀ ਆ ਸੂਟ ਦੀ, ਕਲਰ ਬਹੁਤ ਸੋਹਣੇ ਸੋਹਣੇ ਆ, ਅਤੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 5500, ਠੀਕ ਹੈ। ਇਹ ਦੋ ਇਹਦੇ ਵਿੱਚ ਕਲਰ ਨੇ, ਇਹ ਮੈਂ ਔਨ ਆਰਡਰ ਬਣਾਏ ਆ ਸਾਰੇ ਪੀਸ ਦੁਬਾਰਾ ਤੋਂ। ਫਿਰ ਜਿਹੜਾ ਦੁਬਾਰਾ ਤੋਂ ਬਣਾਉਣ ਕਰਕੇ ਮੇਰੇ ਪਾਸ ਸੂਟ ਰਹਿ ਗਏ ਆ, ਹੁਣ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ। ਡਿਜ਼ਾਇਨਿੰਗ ਦੇਖੋ ਜੀ ਸੂਟ ਦੀ, ਫਰੰਟ ਹੈਵੀ ਆ, ਘੇਰਾ, ਬਾਜੂ, ਕਰੇਪ ਦੀਆਂ ਸਲਵਾਰਾਂ ਨਾਲ, ਅਤੇ ਦੁਪੱਟੇ ਦੀ ਲੁੱਕ ਤਾਂ ਦੇਖਣ ਵਾਲੀ ਆ। ਇਹ ਹੈਗਾ ਜੀ ਇਹਦਾ ਦੁਪੱਟਾ ਮਲਟੀ ਕਲਰ 'ਚ, ਠੀਕ ਹੈ। ਇਹ 'ਚ ਸਾਰੇ ਕਲਰ ਸੀਗੇ ਜਿਹੜੇ ਦੁਪੱਟੇ 'ਚ, ਰਸਟ ਕਲਰ ਸੀ, ਇਹ ਮੈਂ ਤੁਹਾਨੂੰ ਪਿੰਕ ਦਿਖਾ ਰਹੀ ਹਾਂ, ਲੈਮਨ ਸੀਗਾ, ਅਤੇ ਇੱਕ ਇਹ ਗ੍ਰੇਸ਼ ਜੀ ਟੋਨ ਦੇ ਉੱਪਰ ਕਲਰ, ਇਹ ਵੀ ਮੈਂ ਤੁਹਾਨੂੰ ਦਿਖਾਵਾਂਗੀ। ਹੁਣ ਦੋ ਕਲਰ ਸਾਡੇ ਬੁਕਿੰਗ ਵਾਲੇ ਸੀਗੇ, ਉਹ ਮੈਂ ਦੇ ਤੇ, ਅਤੇ ਹੁਣ ਇਹ ਮੇਰੇ ਕੋਲ ਦੋ ਕਲਰ ਲੈਫਟ ਨੇ। ਇਹ ਪਰਪਲ ਗ੍ਰੇ ਜਿਹਾ ਕਲਰ ਹੈ, ਬਹੁਤ ਸੋਹਣਾ, ਠੀਕ ਹੈ। ਇਹ ਵਾਲਾ ਸ਼ੇਡ ਆ ਗਿਆ। ਇਹ ਸੂਟ ਨੇ ਵੀ ਧਮਾਲਾਂ ਪਾਈਆਂ ਸੀ, ਇਹਦੀਆਂ ਵੀ ਬਹੁਤ ਸਾਰੀਆਂ ਮੇਰੇ ਕੋਲ ਫੋਟੋ ਆਈਆਂ ਤੀਆਂ, ਬਹੁਤ ਸਾਰੀਆਂ। ਇਹ ਰਿਪੀਟ ਸੈੱਟ ਰੈਡੀ ਆ ਜੀ ਸਾਰਾ, ਮਤਲਬ ਜਿਨ੍ਹਾਂ ਦੀ ਬੁਕਿੰਗ ਲੈਣੀ ਸੀ ਉਹਨਾਂ ਤੋਂ ਬਾਅਦ 'ਚ ਵੀ ਮੇਰੇ ਪਾਸ ਇਹ ਪੀਸ ਪਏ ਆ, ਹੁਣ ਮੈਂ ਐਕਸਟਰਾ ਬਣਵਾਈ ਸੀ ਸਾਰੀ। ਵੀਡੀਓ 'ਚ ਤਾਂ ਜਲਦੀ ਦਿਖਾ ਰਹੀ ਹਾਂ ਕਿਉਂਕਿ ਜਿਨ੍ਹਾਂ ਨੇ ਹਲੇ ਫੰਕਸ਼ਨ ਆਉਣੇ ਆ ਜਿਨ੍ਹਾਂ ਦੇ, ਉਹ ਲੈ ਸਕਦੇ ਨੇ। ਇਹ ਹੈਗਾ ਸਾਰੇ ਦਾ ਪੱਲਾ ਬਣਿਆ ਹੋਇਆ, ਠੀਕ ਹੈ ਜੀ। ਅਤੇ ਇਹਦੇ ਕਲਰ ਬਹੁਤ ਪਿਆਰੇ ਪਿਆਰੇ ਜੀ ਆ। ਪਹਿਲਾਂ ਇਹਨਾਂ 'ਚ ਇੱਕ ਦੋ ਕਲਰ ਸ਼ਾਇਦ ਮੈਂ ਤੁਹਾਨੂੰ ਨਾ ਦਿਖਾਏ ਹੋਣ, ਮੈਂ ਨਵੇਂ ਵੀ ਇਹਨਾਂ 'ਚ ਰੈਡੀ ਕਰਵਾਏ ਆ, ਇੱਕ ਦੋ ਕਲਰ ਸੀਗੇ ਉਹ ਡਿਮਾਂਡ ਦੇ ਅਕੋਰਡਿੰਗ ਕਰਵਾਏ ਸੀ। ਫਿਰੋਜ਼ੀ ਕਲਰ ਆ ਅਤੇ ਯੈਲੋ ਕਲਰ ਆ ਜੀ। ਕਲਰ ਦੇਖੋ ਇਹਨਾਂ 'ਚੋਂ ਕਿਹੜਾ ਛੱਡਣ ਵਾਲਾ, ਮਤਲਬ ਕਨਫਿਊਜ਼ਡ ਹੋ ਜਾਂਦਾ ਬੰਦਾ ਵੀ ਅਸੀਂ ਕਿਹੜਾ ਕਲਰ ਲਈਏ ਕਿਹੜਾ ਛੱਡੀਏ, ਇੱਦਾਂ ਦੇ ਕਲਰ ਨੇ ਸਾਰੇ। ਇਹ ਹੈਗੇ ਨੇ 5500 ਦੇ ਸੂਟ। ਇਹ ਗੋਟਾ ਪੱਤੀ ਦਾ ਸੂਟ ਹੈ ਜੀ, ਇਹ ਗੋਟਾ ਪੱਤੀ ਵਾਲੇ ਕਰੇਪ ਦੇ ਉੱਪਰ ਸੂਟ ਹੈ, ਇਹ ਇੱਕੋ ਹੀ ਕਲਾਇੰਟ ਨੇ ਲਏ ਸੀਗੇ ਸਾਰੇ, ਅਤੇ ਇਹ ਮੈਂ ਰਿਪੀਟ ਸੈੱਟ ਰੈਡੀ ਕਰਵਾਇਆ ਹੁਣ ਜਿਨ੍ਹਾਂ ਦੀਆਂ, ਇਹਨਾਂ ਦੀਆਂ ਵੀ ਫੋਟੋ ਸੀਗੀਆਂ, ਜਿਹੜੇ ਕਸਟਮਰ ਨੂੰ ਇਹ ਪਸੰਦ ਨੇ ਉਹ ਵੀ ਲੈ ਸਕਦੇ ਆ। ਪਿਓਰ 5 ਮੀਟਰ ਦਾ ਸੂਟ ਹੈ ਜੀ, ਕਰੇਪ ਦੇ ਉੱਪਰ, ਅਤੇ ਟੋਟਲੀ ਗੋਟਾ ਪੱਤੀ ਦੇ ਨਾਲ ਬਣਿਆ ਹੋਇਆ ਸੂਟ ਹੈ ਇਹ, ਠੀਕ ਹੈ। ਅਤੇ ਚਨੌਨ ਸ਼ਿਫੋਨ ਦਾ ਹੈਗਾ ਇਹਨਾਂ ਦੇ ਨਾਲ ਇੱਦਾਂ ਦੁਪੱਟਾ, ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਜੀ। ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨੋਂ ਹੀ ਪਿਆਰੇ ਆ। 5500 ਦਾ ਸੂਟ ਆ, ਅਤੇ ਸੇਮ ਦੇ ਵਿੱਚ ਇੱਕ ਇਹ ਡਿਜ਼ਾਇਨ ਆ, ਇਹ ਵੀ ਡਿਜ਼ਾਇਨ, ਮਤਲਬ ਸੇਮ ਹੀ ਡਿਜ਼ਾਇਨ ਮੈਂ
ਤੁਹਾਨੂੰ ਦਿਖਾਏ ਹੋਏ ਸੀਗੇ ਤਾਂ ਕਰਕੇ ਮੈਨੂੰ ਰਿਪੀਟ ਬਣਵਾਉਣੇ ਪਏ ਆ। ਫੋਟੋਜ਼ ਇਹਨਾਂ ਦੀਆਂ ਸੀਗੀਆਂ ਕਾਫੀ ਸਾਰੀਆਂ ਮੇਰੇ ਕੋਲ। ਬਹੁਤ ਪਿਆਰਾ ਰਸਤੀ ਜਿਹਾ ਤਾਂਬਾ ਜਿਹਾ ਕਲਰ ਆ ਜੀ, ਇਹ ਡਿਮਾਂਡ ਰਹਿੰਦੀ ਹੈ ਤਾਂਬਾ ਕਲਰ ਦੀ ਵੀ ਕਾਫੀ ਸਾਰੇ ਦੁਪੱਟੇ 'ਚ ਬੂਟੀ ਰਹੂਗੇ ਜੇ। ਇਹ ਪੱਲੇ ਬਣੇ ਹੋਏ ਆ ਹੈਵੀ ਦੇ ਵਿੱਚ, 4 ਸਾਈਡ ਕੱਟ ਵਰਕ ਆ ਅਤੇ ਕਲਰ ਦਿੰਦੇ ਹਾਂ ਤੁਹਾਨੂੰ ਇਹਦੇ ਵਿੱਚ ਵੀ 3। ਠੀਕ ਆ ਜੀ, ਪ੍ਰਾਈਸ ਸੇਮ ਰਹੂਗਾ 5500 ਸਾਰੇ ਸੂਟਾਂ ਦਾ। ਅਤੇ ਜਿਹੜੇ ਸੂਟ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਹੀ ਹਾਂ ਇਹਨਾਂ ਦਾ ਪ੍ਰਾਈਸ ਤੁਸੀਂ ਪਹਿਲਾਂ ਵੀ ਇਹ ਵੀਡੀਓ 'ਚ ਦੇਖੇ ਸੀ, ਇਹ ਬਹੁਤ ਸਾਰੀ ਡਿਮਾਂਡ 'ਤੇ ਸੀਗੇ। ਪਹਿਲਾਂ ਮੈਂ ਤੁਹਾਨੂੰ 2 ਹੀ ਕਲਰ ਦਿਖਾਏ ਤੇ ਕਿਉਂਕਿ ਸ਼ੋਪ ਤੋਂ ਹੀ ਸਾਰੇ ਸੇਲ ਹੋ ਗਏ ਤੇ। ਹੁਣ ਮੈਂ ਤੁਹਾਨੂੰ ਇਹਦੇ 3 ਕਲਰ ਦਿਖਾਊਂਗੀ ਅਤੇ 1 ਕਲਰ ਹੁਣ ਵੀ ਸੇਲ ਹੋ ਗਿਆ ਦਾ। ਅਤੇ ਇਹ ਹੈਗਾ ਜੀ ਪਿਓਰ ਸ਼ਿਮਰ ਉੱਪਰ ਪ੍ਰਿੰਟ, ਠੀਕ ਹੈ। ਇਹ ਬਣਿਆ ਹੋਇਆ ਇਹਦਾ ਘੇਰਾ, ਘੇਰੇ 'ਤੇ ਸਾਰਾ ਦਬਕਾ ਵਰਕ ਕੀਤਾ ਹੋਇਆ, ਬਾਜੂ ਬਣੀਆਂ ਹੋਈਆਂ ਬਹੁਤ ਸੋਹਣੀਆਂ। ਜਿੰਨਾ ਵੀ ਫਰੰਟ ਦਾ ਪ੍ਰਿੰਟ ਆ ਸਾਰਾ ਹੀ ਹਾਈਲਾਈਟ ਆ ਕਟਦਾਣੇ ਦੇ ਨਾਲ। ਇਹ ਹੈਗਾ 4 ਸਾਈਡ ਇਹਦਾ ਦੁਪੱਟਾ, ਠੀਕ ਹੈ ਜੀ। ਇੱਦਾਂ ਸ਼ਿਮਰ ਦਾ ਹੀ ਦੁਪੱਟਾ, ਸ਼ਾਈਨਿੰਗ ਆ ਦੁਪੱਟੇ 'ਚ ਪਰ ਲੁੱਕ ਬਹੁਤ ਸੋਹਣੀ ਆ ਜੀ। ਇਹ ਹੈਗਾ ਨੇਵੀ ਬਲੂ ਕਲਰ ਦੀ ਇਹਦੀ ਸਲਵਾਰ, ਬਹੁਤ ਪਿਆਰੀ ਲੁੱਕ ਦਾ ਸੂਟ ਹੈ ਵੀ। ਇਹ ਤੁਹਾਨੂੰ 1 ਕਲਰ ਮਿਲ ਜਾਏਗਾ, ਇਹ ਗ੍ਰੀਨ ਜੀ ਟੋਨ 'ਤੇ ਆ, ਇਹ ਵੀ ਕਲਰ ਬਹੁਤ ਸੋਹਣਾ ਹੈ, ਠੀਕ ਆ ਜੀ। 6800 ਇਹਨਾਂ ਸੂਟਾਂ ਦਾ ਪ੍ਰਾਈਸ ਆ। ਅਤੇ 1 ਸੂਟ ਅਸੀਂ ਇਹਨਾਂ ਦਾ ਡਿਸਪਲੇ ਕੀਤਾ ਹੋਇਆ, ਬਿਲਕੁਲ ਡਾਰਕ ਮਹਿੰਦੀ ਗ੍ਰੀਨ ਜਿਹਾ ਹੁੰਦਾ ਜਿਹੜਾ, ਉਹ ਵਾਲਾ ਕਲਰ ਆ ਸੇਮ ਹੀ ਡਿਜ਼ਾਈਨ ਦੇ ਵਿੱਚ, ਠੀਕ ਆ ਜੀ। ਇਹ 3 ਕਲਰ ਮਿਲ ਜਾਣਗੇ ਤੁਹਾਨੂੰ ਅਤੇ 6800 ਇਹਨਾਂ ਸੂਟਾਂ ਦਾ ਪ੍ਰਾਈਸ ਆ, ਸ਼ਿਪਿੰਗ ਐਕਸਟਰਾ ਲੱਗੇਗੀ। ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ। ਜਿਹੜਾ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆ ਤੁਸੀਂ ਉਸਦੀ ਪਿੱਕ ਮੈਨੂੰ ਲੈ ਕੇ ਮੇਰੇ ਫੋਨ 'ਤੇ ਉਸਦੀ ਸਕਰੀਨਸ਼ੋਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ। ਅਤੇ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ, ਬਹੁਤ ਸਾਰੇ ਕਮੈਂਟ ਕਰਦੇ ਹੋ, ਸਭ ਦਾ ਥੈਂਕ ਯੂ ਸੋ ਮੱਚ, ਥੈਂਕ ਯੂ।